सत श्री अकाल, मैं कमलपाल सिंह ते लैके हाजरां देश दुनिया दीआं खबरां ते रुख करदे आं पहली खबर दा। भारत ने कनेडा दे विच मौजूद अपने विदेश विभाग के अधिकारियों की सुरक्षा नूं लैके उत्थों दी सरकार कोल चिंता जाहर कीती है ते भारत सरकार ने दावा कीता कि हाल ही दे विच कनेडा दे विच खालिस्तान समर्थकों की रैली नूं लैके पोस्टर वंडे गए हैं, जिस च ओटावा च हाई कमिश्नर अते टोरंटो स्थित कौंसलेट जनरल के अधिकारियों नूं निशाना बनाउण दी गल भी कही गई है। एक अखबार की रिपोर्ट दे विच पोस्टरां दा हवाला देंदे हुए दस्सिया गया कि खालिस्तान समर्थकों ने 8 जुलाई को कनेडा दे विच खालिस्तान फ्रीडम रैली करने की योजना बनाई है ते इस रैली का सद्दा खालिस्तान पक्षी हरदीप सिंह निज्जर के कतल के विरोध में दिता गया। सूत्रों मुताबक पोस्टर विच ओटावा स्थित भारत के हाई कमिश्नर संजय कुमार वर्मा ਅਤੇ ਟੋਰਾਂਟੋ ਦੇ ਵਿੱਚ ਕੌਂਸਲਰ ਜਨਰਲ ਅਪੂਰਵਾ ਸ਼੍ਰੀ ਵਾਸਤਵਾ ਨੂੰ ਧਮਕੀ ਦਿੱਤੀ ਗਈ ਹੈ ਤੇ ਜਾਣਕਾਰੀ ਅਨੁਸਾਰ ਇਹਨਾਂ ਅਧਿਕਾਰੀਆਂ ਤੇ ਹੋਰਾਂ ਦੀ ਸੁਰੱਖਿਆ ਚਿੰਤਾਵਾਂ ਬਾਰੇ ਗਲੋਬਲ ਅਫੇਅਰਸ ਕੈਨੇਡਾ ਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਨਾਲ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਜੋ ਕਿ ਡਿਪਲੋਮੈਟਾਂ ਦੀ ਸੁਰੱਖਿਆ ਦੀ ਨਿਗਰਾਨੀ ਕਰਦੀ ਹੈ ਨੂੰ ਜਾਣਕਾਰੀ ਵੀ ਦਿੱਤੀ ਗਈ ਹੈ। ਓਟਾਵਾ ਤੇ ਟੋਰਾਂਟੋ ਦੇ ਪੁਲਿਸ ਵਿਭਾਗਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੋਮਵਾਰ ਨੂੰ ਦਿੱਲੀ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ ਤੇ ਅਦਾਲਤ ਨੇ ਆਬਕਾਰੀ ਨੀਤੀ ਮਾਮਲੇ ਦੇ ਨਾਲ ਸੰਬੰਧਿਤ ਈਡੀ ਮਾਮਲੇ ਦੇ ਵਿੱਚ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਅਦਾਲਤ ਨੇ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਬਕਾ ਮੀਡੀਆ ਇੰਚਾਰਜ ਵਿਜੇ ਨਈਅਰ ਹੈਦਰਾਬਾਦ ਦੇ ਉਦਮੀ ਅਭਿਸ਼ੇਕ ਬੋਇਨਾਪੱਲੀ ਅਤੇ ਬਿਨੈ ਬਾਬੂ ਦੀਆਂ ਜ਼ਮਾਨਤ ਪਟੀਸ਼ਨਾਂ ਨੂੰ ਵੀ ਰੱਦ ਕਰ ਦਿੱਤਾ ਹੈ। ਦਿੱਲੀ ਹਾਈ ਕੋਰਟ ਦੇ ਵਿੱਚ ਈਡੀ ਨੇ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਦੇਣ ਦਾ ਵਿਰੋਧ ਕੀਤਾ ਸੀ ਤੇ ਈਡੀ ਨੇ ਕਿਹਾ ਸੀ ਕਿ ਮਨੀਸ਼ ਸਿਸੋਦੀਆ ਕੋਲ 818 ਤੋਂ ਵੱਧ ਮੰਤਰਾਲੇ ਨੇ। ਉਹ ਬਹੁਤ ਪ੍ਰਭਾਵਸ਼ਾਲੀ ਵਿਅਕਤੀ ਨੇ, ਜੇਕਰ ਉਹਨਾਂ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਉਹ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਨੇ। ਮਨੀਸ਼ ਸਿਸੋਦੀਆ ਨੂੰ CBI ਨੇ 26 ਫਰਵਰੀ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਦੋਂ ਤੋਂ ਉਹ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ। ਅਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਵਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਆਖਰ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਨੇ ਤੇ ਜੇਲ੍ਹ ਪ੍ਰਸ਼ਾਸਨ ਨੇ ਤੰਬਾਕੂ ਦਾ ਸੇਵਨ ਕਰਨ ਵਾਲੇ ਰਸੋਈਏ ਨੂੰ ਬਦਲ ਦਿੱਤਾ ਹੈ। ਇਸ ਦੇ ਨਾਲ ਹੀ ਸਾਰਿਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਸਾਰੇ ਕੈਦੀਆਂ ਨੂੰ ਘਰ ਗੱਲ ਕਰਨ ਲਈ ਫੋਨ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ। ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਕਿ ਭਾਵੇਂ ਜੇਲ੍ਹ ਵਿੱਚ ਬੰਦ ਸਾਰੇ ਕੈਦੀਆਂ ਨੂੰ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਨੇ, ਪਰ ਪੰਜਾਬ ਤੋਂ NSA ਅਧੀਨ ਕੈਦੀ ਅਮਰਤਪਾਲ ਸਿੰਘ ਤੇ ਉਸਦੇ ਸਾਥੀਆਂ ਨੂੰ ਜੋ ਮੈਡੀਕਲ ਸਹੂਲਤਾਂ ਚਾਹੀਦੀਆਂ ਨੇ ਉਹ ਉਹਨਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਭਰੋਸੇ ਤੋਂ ਬਾਅਦ ਸਾਰਿਆਂ ਨੇ 24 ਘੰਟੇ ਬਾਅਦ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਖਾਲਿਸਤਾਨ ਸਮਰਥਕਾਂ ਨੇ ਕੈਨੇਡਾ ਵਿੱਚ ਭਾਰਤੀ ਡਿਪਲੋਮੈਟਾਂ ਨੂੰ ਧਮਕੀ ਦਿੱਤੀ ਹੈ ਤੇ ਇਸ ਦਾ ਇੱਕ ਪੋਸਟਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ। ਇਸ ਵਿੱਚ 8 ਜੁਲਾਈ ਨੂੰ ਖਾਲਿਸਤਾਨੀ ਰੈਲੀ ਕਰਨ ਦੀ ਵੀ ਚਰਚਾ ਤੇ ਖਤਰੇ ਨੂੰ ਦੇਖਦੇ ਹੋਏ ਭਾਰਤ ਦੇ ਚੇਤਾਵਨੀ ਦਿੱਤੀ ਹੈ ਕਿ ਜੇ ਕੋਈ ਦੇਸ਼ ਖਾਲਿਸਤਾਨੀਆਂ ਨੂੰ ਪਨਾਹ ਦਿੰਦਾ ਤਾਂ ਇਸ ਦਾ ਸਿੱਧਾ ਅਸਰ ਸਾਡੇ ਸਬੰਧਾਂ ਤੇ ਪਵੇਗਾ। ਪੋਸਟਰ ਵਿੱਚ ਸ਼ਾਮਲ ਭਾਰਤੀ ਡਿਪਲੋਮੈਟਾਂ ਦੇ ਨਾਂ ਤੇ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰਾ ਨੇ ਕਿਹਾ ਹੈ ਕਿ ਅਸੀਂ ਆਪਣੇ ਸਹਿਯੋਗੀ ਦੇਸ਼ਾਂ ਜਿਵੇਂ ਕੈਨੇਡਾ, ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਨੂੰ ਖਾਲਿਸਤਾਨੀਆਂ ਨੂੰ ਪਨਾਹ ਨਾ ਦੇਣ ਦੀ ਅਪੀਲ ਕਰਦੇ ਹਾਂ ਤੇ ਵਿਦੇਸ਼ ਮੰਤਰੀ ਨੇ ਅੱਗੇ ਕਿਹਾ ਕਿ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਪੋਸਟਰ ਦਾ ਮਾਮਲਾ ਓਟਾਵਾ ਅਤੇ ਕੈਨੇਡਾ ਸਰਕਾਰ ਨੂੰ ਜ਼ਰੂਰ ਉਠਾਉਣਗੇ। ਸੋਸ਼ਲ ਮੀਡੀਆ ਤੇ ਇੱਕ ਪੋਸਟਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਤੇ ਪੋਸਟਰ 'ਚ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਦੱਸਿਆ ਗਿਆ। ਇਹਦੇ ਨਾਲ ਹੀ ਦੋ ਭਾਰਤੀ ਡਿਪਲੋਮੈਟਾਂ ਨੂੰ ਕਾਤਲ ਕਰਾਰ ਵੀ ਦਿੱਤਾ ਗਿਆ ਹੈ। ਅਮਰੀਕਾ ਵਿੱਚ ਅਗਲੇ ਸਾਲ 2024 ਦੇ ਵਿੱਚ ਰਾਸ਼ਟਰਪਤੀ ਚੋਣਾਂ ਹੋਣ ਵਾਲੀਆਂ ਨੇ ਤੇ ਰਿਪਬਲਿਕਨ ਪਾਰਟੀ ਵੱਲੋਂ ਨਿੱਕੀ ਹੈਲੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਨੇ ਤੇ ਅਮਰੀਕਾ ਦੇ ਫੋਕਸ ਨਿਊਜ਼ ਤੇ ਐਤਵਾਰ ਨੂੰ ਇੱਕ ਇੰਟਰਵਿਊ ਦਿੰਦੇ ਹੋਏ ਉਹਨਾਂ ਨੇ ਚੀਨ ਦੀ ਜਲ ਸੈਨਾ ਦੀ ਸਮਰੱਥਾ ਤੇ ਫੌਜੀ ਤਕਨਾਲੋਜੀ ਦੇ ਵਿਕਾਸ ਨੂੰ ਅਮਰੀਕਾ ਲਈ ਗੰਭੀਰ ਖਤਰਾ ਦੱਸਿਆ। ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਨਿੱਕੀ ਹੈਲੀ ਨੇ ਕਿਹਾ ਕਿ ਜੇਕਰ ਤੁਸੀਂ ਫੌਜੀ ਸਥਿਤੀ ਦਾ ਅੰਦਾਜ਼ਾ ਮਾਰੋ ਤਾਂ ਚੀਨ ਕੋਲ ਹੁਣ ਦੁਨੀਆ ਦਾ ਸਭ ਤੋਂ ਵੱਡਾ ਜਲ ਸੈਨਾ ਬੇੜਾ ਹੈ। ਹੈਲੀ ਨੇ ਚੇਤਾਵਨੀ ਦਿੱਤੀ ਹੈ ਕਿ ਚੀਨ ਸਾਡੇ ਨਾਲ ਕਈ ਦਹਾਕਿਆਂ ਤੋਂ ਜੰਗ ਦੀ ਤਿਆਰੀ ਕਰ ਰਿਹਾ ਹੈ ਤੇ ਜਿਸ ਤਰ੍ਹਾਂ ਨਾਲ ਸਾਨੂੰ ਚੀਨ ਨਾਲ ਨਜਿੱਠਣਾ ਹੈ ਉਸ ਬਾਰੇ ਕੱਲ੍ਹ ਨੂੰ ਨਹੀਂ ਸੋਚਣਾ ਚਾਹੀਦਾ। ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਰਿਪਬਲਿਕਨ ਪਾਰਟੀ ਦੀ ਮੈਂਬਰ ਹੈਲੀ ਨੇ ਚੀਨ ਦੀ ਜਲ ਸੈਨਾ ਦੀ ਸਮਰੱਥਾ ਬਾਰੇ ਕਿਹਾ ਕਿ ਉਹਨਾਂ ਕੋਲ 340 ਜਹਾਜ਼ ਹਨ ਤੇ ਸਾਡੇ ਕੋਲ 293 ਜਹਾਜ਼ ਹਨ। ਉਹਨਾਂ ਕੋਲ ਅਗਲੇ 2 ਸਾਲਾਂ ਵਿੱਚ 400 ਜਹਾਜ਼ ਹੋਣਗੇ ਤੇ ਸਾਡੇ ਕੋਲ 2 ਦਹਾਕਿਆਂ ਦੇ ਵਿੱਚ ਵੀ 350 ਨਹੀਂ ਹੋਣਗੇ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਸੁਨੀਲ ਜਾਖੜ ਨੂੰ ਪਾਰਟੀ ਪ੍ਰਧਾਨ ਬਣਾਇਆ ਜਾ ਸਕਦਾ ਹੈ ਤੇ ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ। ਜਾਖੜ ਕਾਂਗਰਸ 'ਚ ਰਹਿੰਦੇ ਹੋਏ 2 ਵਾਰ ਵਿਧਾਇਕ ਤੇ 1 ਵਾਰ ਲੋਕ ਸਭਾ ਦੇ ਮੈਂਬਰ ਤੇ ਪ੍ਰਧਾਨ ਦੀ ਕਮਾਨ ਸੰਭਾਲ ਚੁੱਕੇ ਨੇ। ਜਾਖੜ ਪਰਿਵਾਰ ਦੇ 2 ਸਿਆਸੀ ਪਾਰਟੀਆਂ ਨਾਲ ਜੁੜਿਆ ਹੋਇਆ ਤੇ ਸੁਨੀਲ ਜਾਖੜ BJP ਵਿੱਚ ਹਨ ਤੇ ਉਹਨਾਂ ਦਾ ਭਤੀਜਾ ਸੰਦੀਪ ਜਾਖੜ ਕਾਂਗਰਸ ਦਾ ਅਬੋਰਤ ਵਿਧਾਇਕ ਹੈ। ਸ਼੍ਰੋਮਣੀ ਅਕਾਲੀ ਦਲ ਨਾਲੋਂ ਗੱਠਜੋੜ ਟੁੱਟਣ ਤੋਂ ਬਾਅਦ ਭਾਜਪਾ ਲਗਾਤਾਰ ਅਜਿਹੇ ਚਿਹਰੇ ਦੀ ਭਾਲ ਵਿੱਚ ਜੁਟੀ ਹੋਈ ਸੀ ਜੋ ਸ਼ਹਿਰ ਅਤੇ ਪਿੰਡ ਦੇ ਵਿੱਚ ਸਾਂਝੇ ਰੂਪ ਵਿੱਚ ਪ੍ਰਭਾਵ ਰੱਖਦਾ ਹੋਵੇ। ਕਿਸਾਨ ਪਰਿਵਾਰ ਨਾਲ ਜੁੜੇ ਜਾਖੜ ਦਾ ਨਾ ਸਿਰਫ ਪਿੰਡਾਂ ਵਿੱਚ ਜੁੜੇ ਨੇ
बल्कि शहरों के भी चंगी पकड़ रखते हैं। यही कारण है कि भाजपा पंजाब च जाखड़ के नाते वड्डा दा खेडन जा रही है। मिली जानकारी मुताबिक जाखड़ के नाते प्रधानमंत्री नरेंद्र मोदी और केंद्रीय गृहमंत्री अमित शाह ने भी अपनी मोहर लगा दी है। मुख्तार अंसारी मामले उत्ते भाजपा आगू कैप्टन अमरिंदर सिंह ते मुख्यमंत्री भगवंत मान आमो सामने आ गए हैं। तो मुख्यमंत्री वालों इस मामले में कार्रवाई करने बारे दिए बयान तो पिछों कैप्टन ने मीडिया नाल गलबात करदे आख्या कि मुख्यमंत्री भगवंत मान नूं इस बारे कख भी नहीं पता, इस दे दो कु साल बचे ने, इस तो बाद थले ला के इस नूं चंगी तरह रगड़ांगे। उन्हां आख्या कि मुख्यमंत्री बिना मतलब बोली जांदा ते इस नूं कुछ पता तां है नहीं। कैप्टन ने कहा कि इस तरह पेंशन नहीं रुकती, अजिहा कुछ नहीं हुंदा। उत्तर प्रदेश के मुख्यमंत्री ने अंसारी मामले च मैनू चिट्ठी लिखी थी पर अंसारी विरुद्ध जांच चल रही थी, इसलिए उन्होंने उत्तर प्रदेश नहीं भेजा जा सकया। मैं मुख्तार अंसारी का चेहरा भी नहीं जानता, मैं अपनी जिंदगी में अंसारी को कदे मिलया नहीं। इन्हीं दिनों साइबर अपराधियों ने ठगी के लिए एक नवा ढंग लभ लिया जिसनों पिंक वट्सअप का नाम दिता गया। इन्हीं दिन वट्सअप का वड्डा स्कैम देश भर में चल रहा है तो जिस विच साइबर ठग तुहाडे वट्सअप नूं अपडेट करन ते पिंक वट्सअप नूं डाउनलोड करन लई लिंक शेयर कर रहे हैं। तो जिवें ही तुसीं उस लिंक ते क्लिक करोगे तुहाडा फोन साइबर ठगा दे कंट्रोल विच आ जाएगा, तो वह तुहाडा डाटा नूं चोरी कर लेंगे। नाल ही ये छात्र साइबर अपराधी तुहाडे अकाउंट नूं भी हैक कर देंगे। तुहाडे कोल दिन भर कई प्रकार के वट्सअप से स्कैन आउंदे होणगे। पुलिस ने लोगों को अपील की है कि वह अजिहे किसी भी अनजाण लिंक से क्लिक ना करो, नहीं तो तुसीं साइबर ठगी के शिकार हो सकते हो। पिंक वट्सअप एक स्कैम है जो साइबर ठगों के द्वारा ठगी करने के लिए इस्तेमाल किया जा रहा है। ये सन देश दुनिया के खबरों, तो हुण मैनूं दिओ इजाजत। सत श्री अकाल, धन्यवाद।